ਇਹ ਕਿਹੜਾ ਪਿੰਡ ਹੈ ਜੀ? ਲੋਦੀਪੁਰ ਹੈ ਜੀ। ਕਿਆ ਕਹਿੰਦੇ ਅੱਗ ਲੱਗੀ ਤੁਹਾਡੇ ਖੇਤਾਂ ਨੂੰ? ਹਾਂਜੀ, ਖੜੀ ਕਣਕ ਸੀ ਜੀ, ਇਹ ਖੇਤ ਬੁਰਜ 'ਚ ਪੈਂਦੇ, ਘਰ ਸਾਡੇ ਲੋਦੀਪੁਰ ਵਿੱਚ ਹੈ, ਅਤੇ ਚਾਣਚੱਕ ਅੱਗ ਲੱਗਣ ਕਾਰਨ ਸਾਡੀ ਕਣਕ ਜਲ ਗਈ ਜੀ। ਕਿੰਨੀ ਕੁ ਜਗ੍ਹਾ ਸੀ ਜਿਹੜੀ? ਇਹ 2-3 ਕਨਾਲ ਜੀ ਜਲ ਗਈ, ਕੋਈ ਥੋੜ੍ਹੀ ਜਿਹੀ ਬਚੀ ਵਿੱਚ ਤਾਂ। ਹਾਂਜੀ, ਤੂੜੀ ਨੂੰ ਵੀ ਅੱਗ ਲੱਗ ਗਈ ਤੀ ਜੀ, ਤੂੜੀ ਮੈਂ ਅਸੀਂ ਬਚਾਈ, ਪਾਣੀ ਪੂਣੀ ਸਿੱਟ ਗਿਆ ਥੋੜ੍ਹੀ ਜਿਹੀ। ਪਤਾ ਨਹੀਂ ਜੀ ਲੱਗਿਆ, ਚਾਣਚੱਕ ਲੱਗਿਆ ਹੀ ਨਹੀਂ, ਪਤਾ ਕਿੱਦਾਂ ਲੱਗੀ ਕਿੱਦਾਂ ਨਹੀਂ ਲੱਗੀ ਜੀ। ਕੁਦਰਤ ਦੇ ਭਾਣੇ ਪਾਣੀ ਛੱਡਿਆ ਜੀ, ਮੋਟਰ ਚਲਾ ਕੇ ਪਾਇਪ ਲਾਇਆ, ਬੰਦੇ ਬੁੰਦੇ ਰਲੇ, ਮਤਲਬ ਤਾਂ ਕਰਕੇ ਬੁਝਾਈ ਅਸੀਂ, ਫਿਰ ਹੁਣ ਪਾਵਰ ਗੇਟ ਬੁਲਾਇਆ, ਇਹ ਦੁਬਾਰੇ ਫਿਰ ਸ਼ੁਰੂ ਹੋਈ, ਤਾਂ ਉਹ ਤਾਂ ਨੰਗਲ 'ਤੇ ਆਈ। ਕੁਛ ਅਨੰਦਪੁਰ ਵੀ ਜੀ ਸਾਧਨ ਹੋਣਾ ਚਾਹੀਦਾ, ਨੇੜੇ ਜੇ ਹੋਵੇ ਤਾਂ ਕਿਤੇ ਨਾ ਕਿਤੇ ਕੰਮ ਆ ਜਾਂਦਾ, ਸਾਡੇ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਸਾਧਨ ਨਹੀਂ ਹੈ। ਪ੍ਰਸ਼ਾਸਨ ਨੂੰ ਕੁਛ ਨਾ ਕੁਛ ਮਾੜੀ ਮੋਟੀ ਮਦਦ ਕਰ ਦੇਵੇ ਜੀ, ਗਰੀਬ ਲੋਕ ਹੈ, ਸਾਡਾ ਇਹੀ ਹੈ, 6 ਮਹੀਨੇ ਦੀ ਖੇਤੀ, 2-4 ਕਨਾਲ ਜ਼ਮੀਨ ਹੈ, ਕਿੰਨੀ ਕੁ ਕਿਸੇ ਕੋਲ ਜਾਂ ਵੱਧ ਜਾਂ ਵੱਧ, ਨਹੀਂ ਤਾਂ ਥੋੜ੍ਹੀ ਥੋੜ੍ਹੀ ਜ਼ਮੀਨ ਨਾਲ ਹੀ ਹੈ ਜੀ। ਇਹ ਜ਼ਮੀਨ ਬੁਰਜ 'ਚ ਪੈਂਦੀ ਜੀ, ਘਰ ਸਾਡੇ ਲੋਦੀਪੁਰ ਵਿੱਚ ਹੈ। ਹਾਂਜੀ, ਹਾਂਜੀ, ਲੋਦੀਪੁਰ ਸਾਨੂੰ ਕੋਲ ਆਈ ਸੀ ਕਿ ਲੋਦੀਪੁਰ ਅੱਗ ਲੱਗ ਗਈ ਹੈ, ਅਸੀਂ ਤੁਰੰਤ ਆ ਗਏ, 1.5 ਘੰਟੇ ਸਾਡੀ ਗੱਡੀ ਪੁੱਜ ਗਈ ਅਤੇ ਅੱਗ 'ਤੇ ਆ ਕੇ ਕਾਬੂ ਪਾ ਲਿਆ ਗਿਆ। ਅਸੀਂ ਨਗਰ ਕੌਂਸਲ ਤੋਂ ਆਏ ਜੀ, ਕਮੇਟੀ ਦਫ਼ਤਰ। ਸੁਰਿੰਦਰਪਾਲ ਜੀ, ਇਹ ਅੱਗ ਦਾ ਕੋ ਮੇਨ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਲੇਕਿਨ ਅੱਗ ਇੰਨੀ ਭਿਆਨਕ ਤੀ, ਵਿੱਚ 65 ਕਿੱਲੇ ਲਪੇਟ 'ਚ ਆ ਗਏ, ਬੂਟੇ ਬਿਲਕੁਲ ਜਲ ਕੇ ਤਬਾਹ ਹੋ ਗਏ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਬਈ ਜਿਨ੍ਹਾਂ ਕਿਸਾਨਾਂ ਦਾ ਇਹ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਫਾਇਰ ਬ੍ਰਿਗੇਡ ਟਾਈਮ ਨਾਲ ਆਉਣ ਨਾਲ ਖੜੀ ਕਣਕ ਦਾ ਵੀ ਬਚਾਅ ਹੋ ਗਿਆ। ਇਹ ਭਾਅ ਜੀ ਆਪਾਂ ਤਾਂ ਘਰੇ ਸੀਗੇ, ਆਪਣੇ ਆਪ ਅਚਾਨਕ ਕੋਈ ਪਾਣਾ ਵਰਤ ਗਿਆ ਜੀ, ਆਪਣੇ ਆਪ ਅੱਗ ਲੱਗ ਗਈ ਹੈ, ਨੁਕਸਾਨ ਇੱਥੇ ਕਾਫੀ ਹੋ ਗਿਆ, ਤੂੜੀ ਸਾਰੀ ਜਲ ਗਈ ਹੈ, ਬੂਟੇ ਸਾਰੇ ਖਰਾਬ ਹੋ ਗਏ ਹੈ। ਇਹ ਘੱਟ ਤੋਂ ਘੱਟ ਵੀ 15 ਕਨਾਲ ਦਾ ਏਰੀਆ ਜਿਹਦੇ ਵਿੱਚ ਸਾਰੇ ਅੱਗ ਨੇ ਸਾਰਾ ਨੁਕਸਾਨ ਕੀਤਾ। ਅੱਗ ਦਾ ਕੋਈ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਕੋਈ। ਇੱਥੇ ਜੀ 400 ਬੂਟਾ ਜੀ ਪਪੂਲਰ ਦਾ ਲਾਇਆ ਹੋਇਆ, ਉਹ ਜਿਹੜਾ ਸਭਰਾ ਖਰਾਬ ਹੋ ਗਿਆ ਜੀ। ਕਿਆ ਨਾਮ ਤੁਹਾਡਾ, ਪਿੰਡ ਕਿਹੜਾ ਪੈਂਦਾ ਜੀ? ਇਹ ਪਿੰਡ ਲੋਦੀਪੁਰ ਪੈਂਦਾ ਜੀ, ਮੇਰਾ ਨਾਮ ਦਵਿੰਦਰ ਸਿੰਘ ਹੈ ਜੀ। ਸੂਚਨਾ ਫਾਇਰ ਬ੍ਰਿਗੇਡ ਆਈ ਹੈ ਜੀ ਅੱਗ ਬੁਝਾਉਣ ਵਾਸਤੇ, ਬਾਕੀ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਨੀ ਅੱਗ 'ਤੇ ਬੜੀ ਜ਼ੋਰ ਜ਼ਬਰਦਸਤ ਕਾਬੂ ਪਾਇਆ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।